सब्सक्राइब करो साडा YouTube चैनल पंजाबी मीनिया ते अपने फोन ते नवीं वीडियोस देखन दे लई हिट करो बेल आइकन। सत श्री अकाल जी, पंजाबी मीनिया ते तुहाडा सारयां दा स्वागत है। अज असीं लैके आए हां तुहाडे सारयां दे लई एक बहुत ही मजेदार खबर। दोस्तों, मजेदार खबर यह है कि एक होर नवी पंजाबी फिल्म की शूटिंग शुरू हो चुकी है, जिस फिल्म की अज असी तुहानू खबर देन जा रहे हाँ। उस फिल्म का टाइटल तो अजे तक अनाउंस नहीं किया गया है, लेकिन फिल्म की जो स्टार कास्ट है वह इस फिल्म नू बहुत स्पेशल बनाती है। फिल्म दे विच लीड रोल्स प्ले करते नजर आएंगे सिंगर टर्नड एक्टर गुरनाम भुल्लर ते मॉडल टर्नड एक्ट्रेस रूपी गिल। जी हाँ, गुरनाम भुल्लर ते रूपी गिल एक बार फिर तो कठिन नजर आएंगे स्क्रीन शेयर करते हुए। इस बार गुरनाम ते रूपी एक फिल्म दे विच काम करते नजर आएंगे। जिहड़े दर्शकों नूं नहीं पता उन्होंने दस दईए कि गुरनाम भुल्लर ते रूपी गिल साल 2018 दे विच रिलीज़ होए गाने डायमंड दी म्यूजिक वीडियो दे विच कट्ठे नजर आए सी। डायमंड अजे तक दे रिलीज़ होए पंजाबी गाणियां विचों एक बहुत ही ज्यादा कल्ट ते लैंडमार्क गाना है ते फैंस ने ऑडियो दे नाल नाल गाने दी वीडियो नूं भी खूब पसंद कीता सी। उस वीडियो दे चलन दा एक रीजन उस वीडियो दे विच फीचर कर रही गुरनाम ते रूपी दी केमिस्ट्री भी सी, जो लोकां नूं खूब पसंद आई सी। हुण इस फिल्म दी गल करदे हां। इस अनटाइटल फिल्म नूं डायरेक्ट कर रहे ने क्षितिज चौधरी, जो इस तों पहलां मिस्टर एंड मिसिज 420 सीरीज, ਊੜਾ ਐੜਾ, ਗੋਲਕ ਬੁਗਨੀ ਬੈਂਕ ਅਤੇ ਬਟੂਆ ਵਰਗੀਆਂ ਫਿਲਮਾਂ ਬਣਾ ਚੁੱਕੇ ਨੇ ਅਤੇ ਗੁਰਨਾਮ ਭੁੱਲਰ ਦੇ ਨਾਲ ਵੀ ਉਹਨਾਂ ਦੀ ਇੱਕ ਫਿਲਮ ਇਸ ਸਾਲ ਰਿਲੀਜ਼ ਹੋਈ ਸੀ, ਜਿਸ ਦਾ ਨਾਮ ਸੀ ਸਹੁਰਿਆਂ ਦਾ ਪਿੰਡ ਆ ਗਿਆ। ਫਿਲਮ ਦੀ ਸ਼ੂਟਿੰਗ UK ਦੇ ਵਿੱਚ ਕੱਲ੍ਹ ਸ਼ੁਰੂ ਹੋ ਗਈ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ GS ਗੋਗਾ ਪ੍ਰੋਡਕਸ਼ਨਸ ਅਤੇ ਫਿਲਮ ਦੇ DOP ਸੈਮ ਮੱਲੀ ਨੇ। ਫਿਲਮ ਦੀ ਰਿਲੀਜ਼ ਡੇਟ ਜਾਂ ਹੋਰ ਕੋਈ ਵੀ ਇਨਫੋਰਮੇਸ਼ਨ ਇਸ ਟਾਈਮ 'ਤੇ ਸਾਡੇ ਕੋਲ ਨਹੀਂ ਹੈ। ਸਾਡੇ ਕੋਲ ਜਿਵੇਂ ਹੀ ਇਹ ਜਾਣਕਾਰੀ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇਸ ਫਿਲਮ ਤੋਂ ਇਲਾਵਾ ਗੁਰਨਾਮ ਭੁੱਲਰ ਨਜ਼ਰ ਆਉਣਗੇ ਸਰਗੁਣ ਮਹਿਤਾ ਦੇ ਨਾਲ ਫਿਲਮ ਨਿਗਾਹ ਮਾਰਦਾ ਆਈ ਵੇ ਦੇ ਵਿੱਚ ਅਤੇ ਕਰਤਾਰ ਚੀਮਾ ਦੇ ਨਾਲ ਐਕਸ਼ਨ ਫਿਲਮ ਖਡਾਰੀ ਦੇ ਵਿੱਚ ਅਤੇ ਰੂਪੀ ਗਿੱਲ, ਜੋ ਲਾਸਟ ਸੇਮ ਜੱਸਰ ਅਤੇ ਨੀਰੂ ਬਾਜਵਾ ਦੇ ਫਿਲਮ ਮਾਦਲ ਆਡਲਾ ਦੇ ਵਿੱਚ ਨਜ਼ਰ ਆਏ ਸੀ, ਉਹ ਇਸ ਫਿਲਮ ਤੋਂ ਇਲਾਵਾ ਫਿਲਮ ਅਰਜ਼ੋਈ ਦੇ ਵਿੱਚ ਨਜ਼ਰ ਆਉਣਗੇ। ਦੋਸਤੋ, ਬਹੁਤ ਹੀ ਜਲਦੀ ਸਾਡਾ ਪੰਜਾਬੀ ਮੇਨੀਆ ਦਾ ਪੋਡਕਾਸਟ ਦਾ ਪੰਜਾਬੀ ਸਿਨੇਮਾ ਸ਼ੋਅ ਦਾ ਸੀਜ਼ਨ 2 ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੀਜ਼ਨ ਦੇ ਵਿੱਚ ਅਸੀਂ ਤੁਹਾਡੇ ਲਈ ਢੇਰ ਸਾਰੀਆਂ ਨਵੀਆਂ ਪੰਜਾਬੀ ਸਿਨੇਮਾ ਦੀਆਂ ਗੱਲਾਂ ਦੇ ਉੱਤੇ ਡਿਸਕਸ਼ਨ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਇੱਕ ਵਾਰ ਫਿਰ ਸੀਜ਼ਨ 1 ਦੀ ਤਰ੍ਹਾਂ ਖੂਬ ਪਿਆਰ ਦਿਓਗੇ। ਫਿਲਹਾਲ ਤੁਸੀਂ ਸਾਡੇ ਸੀਜ਼ਨ 1 ਨੂੰ ਸਟ੍ਰੀਮ ਕਰ ਸਕਦੇ ਹੋ ਸਾਰਿਆਂ ਪੋਡਕਾਸਟ ਸਟ੍ਰੀਮਿੰਗ ਐਪਸ 'ਤੇ, ਜਿਵੇਂ ਕਿ ਸਪੋਟੀਫਾਈ, ਐਮਾਜ਼ਾਨ ਮਿਊਜ਼ਿਕ, ਐਪਲ ਪੋਡਕਾਸਟਸ, ਗਾਣਾ.com, ਡੀਜ਼ਰ, ਸਟਿਚਰ, ਆਡੀਬਲ, ਐਂਕਰ ਅਤੇ ਹੋਰ ਵੀ ਕਈ ਸਾਰੇ ਪਲੈਟਫਾਰਮਸ 'ਤੇ ਇਹ ਪੋਡਕਾਸਟ ਅਵੇਲੇਬਲ ਹੈ। ਅਤੇ ਪੰਜਾਬੀ ਸਿਨੇਮਾ ਸ਼ੋਅ ਦਾ ਸੀਜ਼ਨ 2 ਦੀ ਰਿਲੀਜ਼ ਡੇਟ ਵੀ ਅਸੀਂ ਜਲਦੀ ਹੀ ਅਨਾਊਂਸ ਕਰਾਂਗੇ। ਫਿਲਹਾਲ ਅਸੀਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਸ ਫਿਲਮ ਨੂੰ ਦੇਖਣ ਦੇ ਲਈ, ਅਤੇ ਜੇ ਤੁਸੀਂ ਵੀ ਐਕਸਾਈਟਡ ਹੋ ਗਏ ਹੋ ਤਾਂ ਸਾਨੂੰ ਸਾਡੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਿਓ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਲਈ ਜੁੜੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ।